ਪੰਜਾਬੀ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਆਪਾਂ ਅੱਜ ਸੁਣਿਆ ਸਾਨੂੰ ਸਾਰਿਆਂ ਨੂੰ ਪਤਾ ਸੀਗਾ ਛੋਟੇ ਹੁੰਦੇ ਨੂੰ ਕਿ ਜਿਹੜਾ ਹਿੰਦੁਸਤਾਨ ਦੀ ਹਕੂਮਤ ਬਹੁਤ ਜ਼ੁਲਮ ਕਰਦੇ ਨੇ ਪਰ ਸਾਨੂੰ ਕਦੇ ਨਹੀਂ ਲੱਗਦਾ ਸੀ ਕਿ ਇੱਥੇ ਆ ਕੇ ਕੈਨੇਡਾ 'ਚ ਇੱਥੇ ਆ ਕੇ ਸਾਨੂੰ ਇਹੋ ਜਿਹਾ ਖਤਰਾ ਹੋ ਸਕਦਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਇੱਥੇ ਹੈਗਾ ਹਾਂ ਅਤੇ ਜਿੰਨਾ ਕੁ ਮੇਰਾ ਤਾਕਤ ਹੈਗਾ ਮੈਂ ਹਟੂੰਗਾ ਨਹੀਂ ਜਦ ਤੱਕ ਜਸਟਿਸ ਅਤੇ ਇਨਸਾਫ ਮਿਲੂਗਾ ਇਸ ਇਸ ਮਾਮਲੇ ਦੇ ਵਿੱਚ ਮੈਂ ਹਟਣਾ ਨਹੀਂ ਹੈਗਾ ਜਦ ਤੱਕ ਸਾਰੇ ਹੀ ਜਿਹੜਾ ਵੀ ਕੋਈ ਲਿੰਕ ਹੋਵੇ ਉਹਦਾ ਪੂਰੀ ਖੋਜ ਕੀਤਾ ਜਾਵੇ ਅਤੇ ਜੋ ਨਿਆਂ ਆ ਜੋ ਜਸਟਿਸ ਹੈ ਜੋ ਇਨਸਾਫ ਹੈ ਉਹ ਕੀਤਾ ਜਾਵੇ ਉਹ ਜਿਹੜੇ ਹਾਲਾਤ ਪਿਛਲੇ 24 ਘੰਟਿਆਂ ਦੇ ਵਿੱਚ ਬਣੇ ਨੇ ਜਦੋਂ ਤੋਂ ਕੈਨੇਡੀਅਨ ਸਰਕਾਰ ਨੇ ਉਹਨਾਂ ਦੀ ਧਰਤੀ ਦੇ ਉੱਤੇ ਕਤਲ ਹੋਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਲਈ ਇੰਡੀਅਨ ਏਜੰਸੀਸ ਦੀ ਸ਼ਮੂਲੀਅਤ ਹੋਣ ਦੇ ਸ਼ੰਕੇ ਜ਼ਾਹਰ ਕੀਤੇ ਨੇ ਔਰ ਜਸਟਿਨ ਟਰੂਡੋ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਜੋ ਕਿ ਖਾਲਿਸਤਾਨ ਦੀਆਂ ਐਕਟੀਵਿਟੀਜ਼ ਦੇ ਵਿੱਚ ਐਕਟਿਵ ਸੀ ਜਾਂ ਉਸ ਵਿਚਾਰਧਾਰਾ ਦੀ ਦੇ ਲਈ ਉੱਥੇ ਕੰਮ ਕਰਦੇ ਸੀ ਉਹਨਾਂ ਦੇ ਕਤਲ ਦੇ ਵਿੱਚ ਇੰਡੀਆ ਦੀ ਸ਼ਮੂਲੀਅਤ ਹੋਣ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਾਲਾਤ ਬਦਲੇ ਨੇ ਜਿਵੇਂ ਇੱਕ ਇੰਡੀਅਨ ਡਿਪਲੋਮੈਟ ਨੂੰ ਕੈਨੇਡਾ ਦੀ ਧਰਤੀ ਤੋਂ ਵਾਪਸ ਭੇਜ ਦਿੱਤਾ ਗਿਆ ਇਵੇਂ ਹੀ ਇੰਡੀਆ ਨੇ ਜਿਹੜਾ ਉਹ ਰਿਐਕਸ਼ਨ ਕਰਦੇ ਹੋਏ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਇੰਡੀਆ ਦੀ ਧਰਤੀ ਤੋਂ ਕੈਨੇਡਾ ਵਾਪਸ ਜਾਣ ਲਈ ਕਿਹਾ ਤਾ ਸੋ ਇਹ ਜਿਹੜੇ ਸਾਰੇ ਹਾਲਾਤ ਬਣੇ ਨੇ ਇਹਨਾਂ ਸਾਰਿਆਂ ਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਹਾਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੀ ਧਰਤੀ ਦੇ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਪਹਿਲਾਂ 5 ਮਈ ਨੂੰ ਇਸੇ ਹੀ ਸਾਲ ਪਾਕਿਸਤਾਨ ਦੀ ਧਰਤੀ ਦੇ ਉੱਤੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਦੋਵੇਂ ਕਤਲ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਹੋਏ ਜਿਨ੍ਹਾਂ ਦੇ ਵਿੱਚ ਬੁਲੇਟਸ ਨੂੰ ਯੂਜ਼ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਸਰੀਰਾਂ ਨੂੰ ਇਲੀਮੀਨੇਟ ਕੀਤਾ ਗਿਆ ਉਸ ਤੋਂ ਬਾਅਦ ਹੀ ਪਹਿਲੇ ਹੀ ਕਤਲ ਤੋਂ ਬਾਅਦ ਭਾਈ ਪੰਜਵੜ ਦੇ ਕਤਲ ਤੋਂ ਬਾਅਦ ਹੀ ਸਾਡੇ ਵੱਲੋਂ ਇਹ ਇੱਕ ਦ੍ਰਿੜ ਸਾਡਾ ਵਿਸ਼ਵਾਸ ਸੀ ਸਾਨੂੰ ਯਕੀਨ ਸੀ ਕਿ ਇਹਨਾਂ ਕਤਲਾਂ ਦੇ ਪਿੱਛੇ ਇੰਡੀਅਨ ਸਟੇਟ ਜ਼ਿੰਮੇਵਾਰ ਹੈ ਇੰਡੀਅਨ ਸਟੇਟ ਦੇ ਹੱਥ ਨੇ ਬੇਸ਼ੱਕ ਉੱਥੇ ਹੱਥ ਕਿਸੇ ਦੇ ਵਰਤੇ ਗਏ ਹੋਣ ਗੋਲੀ ਕਿਸੇ ਵੀ ਹੱਥ ਨੇ ਚਲਾਈ ਹੋਵੇ ਉਹ ਬਾਅਦ ਦੀ ਗੱਲ ਹੈ ਪਰ ਉਹਨਾਂ ਹੱਥਾਂ ਨੂੰ ਤਾਕਤ ਦੇਣ ਦੇ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਹੈ ਇਹ ਗੱਲ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਔਰ ਹੁਣ ਜਿੱਦਣ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਆ ਕਿ ਇਹਨਾਂ ਕਤਲਾਂ ਦੇ ਪਿੱਛੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਖਾਸ ਤੌਰ 'ਤੇ ਉਹਨਾਂ ਨੇ ਲਿਆ ਕਿਉਂਕਿ ਉਹ ਕੈਨੇਡਾ ਦੀ ਧਰਤੀ ਦੇ ਉੱਤੇ ਆਏ ਕਿ ਉਹਦੇ ਲਈ ਇੰਡੀਅਨ ਜਿਹੜੀ ਇੰਟਰਵੀਨ ਕੀਤੀ ਜਾਂ ਉਹਨਾਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਆ ਸੋ ਉਹ ਜਿਹੜੇ ਪ੍ਰਾਈਮ ਮਿਨਿਸਟਰ ਵੱਲੋਂ ਇਹ ਬਿਆਨ ਦੇਣਾ ਸਾਡੀ ਇਸ ਗੱਲ ਦੀ ਪ੍ਰੋੜਤਾ ਕਰਦਾ ਜਿਹੜਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਇਹਨਾਂ ਕਤਲਾਂ ਦੇ ਪਿੱਛੇ ਇੰਡੀਅਨ ਸਟੇਟ ਜ਼ਿੰਮੇਵਾਰ ਆ ਇੰਡੀਅਨ ਸਟੇਟ ਇਸ ਕਰਕੇ ਜ਼ਿੰਮੇਵਾਰ ਅਸੀਂ ਠਹਿਰਾਉਂਦੇ ਹਾਂ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਕਿਸ ਵਿਚਾਰਧਾਰਾ ਦੇ ਲਈ ਇਸ ਧਰਤੀ ਦੇ ਉੱਤੇ ਜੀ ਰਹੇ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਕਿਸ ਵਿਚਾਰਧਾਰਾ ਨੂੰ ਲੈ ਕੇ ਕੰਮ ਕਰਦੇ ਸੀ ਔਰ ਸਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਉਹ ਖਾਲਿਸਤਾਨ ਦੀ ਪ੍ਰੋੜਤਾ ਕਰਦੇ ਹੀ ਸਿਰਫ ਪ੍ਰੋੜਤਾ ਨਹੀਂ ਕਰਦੇ ਉਸ ਨੂੰ ਰੂਪਮਾਨ ਕਰਨ ਦੇ ਲਈ ਸੰਘਰਸ਼ ਵੀ ਕਰਦੇ ਔਰ ਖਾਲਿਸਤਾਨ ਪੰਜਾਬ ਦੀ ਧਰਤੀ ਦੇ ਉੱਤੇ ਰੂਪਮਾਨ ਹੋਣਾ ਹੈ ਜਿਹੜਾ ਕਿ ਇੰਡੀਅਨ ਓਕੂਪਾਈਡ ਪੰਜਾਬ ਆ ਔਰ ਉਹਨਾਂ ਬੰਦਿਆਂ ਦਾ ਇਲੀਮੀਨੇਟ ਹੋਣਾ ਜਿਹੜੇ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਹੜੇ ਪ੍ਰਮੁੱਖ ਚਿਹਰੇ ਸੀਗੇ ਉੱਥੋਂ ਪਹਿਲੀ ਸੱਟੇ ਹੀ ਸ਼ੱਕ ਦੀ ਜਿਹੜੀ ਸੂਈ ਆ ਉਹ ਇੰਡੀਅਨ ਸਟੇਟ ਵੱਲ ਜਾਂਦੀ ਕਿਉਂਕਿ ਉਹਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਉਹ ਕੋਈ ਕਿਸੇ ਦਾ ਆਪਣਾ ਪਰਸਨਲ ਵੈਰ ਵਿਰੋਧ ਦੇ ਵਿੱਚ ਨਹੀਂ ਸੀ ਖੜੇ ਕਿਉਂਕਿ ਉਹਨੂੰ ਕੋਈ ਪਰਸਨਲੀ ਉਹਨਾਂ ਨੂੰ ਕੋਈ ਟਾਰਗੇਟ ਕਰੇ ਸੋ ਉਹਨਾਂ ਦੀ ਲੜਾਈ ਪੰਜਾਬ ਦੀ ਆਜ਼ਾਦੀ ਦੀ ਲੜਾਈ ਹੀ ਦਿੱਲੀ ਦੇ ਖਿਲਾਫ ਲੜਾਈ ਸੀ ਔਰ ਇੰਡੀਆ ਦੀਆਂ ਖੁਫੀਆ ਏਜੰਸੀਆਂ ਦਾ ਹੱਥ ਉਹਨਾਂ ਦੇ ਕਤਲਾਂ ਦੇ ਪਿੱਛੇ ਹੈ ਇਸ ਗੱਲ ਦਾ ਸਾਨੂੰ ਪਹਿਲੇ ਦਿਨ ਤੋਂ ਹੀ ਯਕੀਨ ਸੀ ਔਰ ਕੈਨੇਡਾ ਦੀ ਇਸ ਕਾਰਵਾਈ ਨੂੰ ਅਸੀਂ ਬਿਲਕੁਲ ਜਾਇਜ਼ ਠਹਿਰਾਉਂਦੇ ਹਾਂ ਵੀ ਉਹਨਾਂ ਨੇ ਜੋ ਇਹ ਗੱਲ ਕਹੀ ਆ ਉਹ ਬਿਲਕੁਲ ਸਹੀ ਆ ਬਿਲਕੁਲ ਦਰੁਸਤ ਆ ਔਰ ਇਕੱਲਾ ਕੈਨੇਡਾ ਤੱਕ ਹੀ ਹੁਣ ਇਹ ਗੱਲ ਸੀਮਤ ਨਹੀਂ ਰਹਿਣੀ ਚਾਹੀਦੀ ਅਸੀਂ ਪਾਕਿਸਤਾਨ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਹੁਣ ਬੋਲੇ ਉਹ ਵੀ ਜਿਹੜਾ ਭਾਈ ਪੰਜਵੜ ਦੀ ਸ਼ਹਾਦਤ ਦੇ ਉੱਤੇ ਜਿਹੜੀ ਉਹਨਾਂ ਚੁੱਪ ਧਾਰੀ ਆ ਇਹ ਜਾਣਦੇ ਹੋਏ ਕਿ ਉਹਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਆ ਉਹਨੂੰ ਵੀ ਹੋਣਾ ਚਾਹੀਦਾ ਕਿ ਉਹ ਵੀ ਆਪਣੀ ਚੁੱਪ ਤੋੜੇ ਆਪਣੀ ਇਮਾਨਦਾਰੀ ਨੂੰ ਅੱਗੇ ਲਿਆਵੇ ਔਰ ਭਾਈ ਪੰਜਵੜ ਦੇ ਕਤਲ ਦੇ ਪਿੱਛੇ ਜਿਹੜੇ ਹੱਥ ਨੇ ਉਹਨਾਂ ਨੂੰ ਜੱਗ ਜ਼ਾਹਰ ਕਰੇ ਇੱਦਾਂ ਹੀ ਇੱਕ ਸ਼ੱਕ ਦੀ ਸੂਈ ਭਾਈ ਅਵਤਾਰ ਸਿੰਘ ਖੰਡੇ ਦੇ ਮੌਤ ਦੇ ਬਾਰੇ ਵੀ ਇੰਡੀਅਨ ਸਟੇਟ ਦੇ ਪਿੱਛੇ ਜਾ ਕੇ ਖੜਦੀ ਆ ਉਹਦੀ ਵੀ ਨਿਰਪੱਖ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ ਉਹਦੇ ਪਿੱਛੇ ਕਿਹਦੇ ਹੱਥ ਨਿਕਲਦੇ ਨੇ ਉਹਦਾ ਵੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨੂੰ ਮੁੱਖ ਰੱਖਦੇ ਹੋਏ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਕਤਲ ਹੋਏ ਸੀ ਅਸੀਂ ਐਕਟੀਵਿਟੀਜ਼ ਵੀ ਕਰਦੇ ਆ ਰਹੇ ਔਰ ਇਸ ਲਿਖਤੀ ਰੂਪ ਦੇ ਵਿੱਚ ਵੀ ਇਹਨਾਂ ਸਰਕਾਰਾਂ ਨੂੰ ਦੇਖਦੇ ਆਏ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਆ 22 ਜੂਨ ਨੂੰ ਦਲ ਖਾਲਸਾ ਵੱਲੋਂ ਕੈਨੇਡੀਅਨ
प्राइम मिनिस्टर नूं चिट्ठी पाई जाती है कि इस कतल की निरपक्ष जांच की जाए। उस दे नाल ही असीं इह वी ऐलान कीता सी कि 1 जुलाई नूं जिहड़ा अमृतसर दे विच रॉ दा ऑफिस आ, क्योंकि ये जिहड़ियां एजेंसियां जिहड़ियां फॉरन सॉयल्स दे उत्ते काम करदियां ने उहदा जिहड़ा अधिकार खेत्र आ रॉ दे कोल आउंदा है, जिवें IB पंजाब दे विच काम करदी है जां इत्थे इंटरनल काम करदी, जिहड़ी एक्सटरनल इंटैलीजेंस एजेंसी आ इंडिया दी उह रॉ आ। सो उहनां दे विरुद्ध 1 जुलाई नूं प्रदर्शन भी साडे वल्लों कीता गया सी। उस प्रदर्शन वाले दिन ही सानू कनेडियन सरकार का यह मैसेज भी आया सी कि असी इस दे बारे इन्वेस्टिगेट करते पए हाँ और इसकी एक निरपक्ष जांच होएगी और बहुत जल्द असी इस दे कंकलूजन दे उत्ते पहुँचांगे। सो हुण उन्होंने बयान दे के अपनी जिहड़ी कंकलूजन वल नूं जांदी जिहड़ी एक मंजिल आ उह तय की आ, और जिहड़ा साडा एक यकीन सी जिहनूं बहुत सारे लोग शक कहिंदे सी अज उहदे उत्ते मोहर लगी आ। और जिथे इत्थे इंडिया ने, क्योंकि जदों G20 दे विच इत्थे आए सी और कनेडा दे प्रधानमंत्री ने यह भी बयान दिता है जाके भी असी प्राइम मिनिस्टर मोदी ने यह कहा सी कि साडे नाल कोऑपरेट करो, साडा सहयोग दिओ उस इन्वेस्टिगेशन दे विच। सो सहयोग दिओ दा मतलब की आ भी जो उहनां दी इन्वेस्टिगेशन चलदी पई आ उत्थे जिहड़ा कैनेडियन डिप्लोमैट्स ने उहदे विच सहयोग करन। सो सानू यह शंका है कि इन्हां ने सहयोग नहीं कीता होएगा, जिस दे कारण उहनां नूं कदम चुकना पिया कि उहनां नूं डिप्लोमैट वापस भेजना पिया। इत्थे यह भी गल आ सकती है कि कई, क्योंकि बहुत सारे थावां दे उत्ते डिबेट चलती पई है कि सिर्फ एक शक जाहिर किया उन्होंने, असल च सिर्फ शक नहीं गा। इस दी जे बरीकी नूं असीं समझीए तो सानूं समझ लैना चाहिए कि जिहड़े डिप्लोमैट्स हुंदे ने उहनां दे कोल एक डिप्लोमैटिक इम्यूनिटी हुंदी है, मतलब कि डिप्लोमैट्स नूं कोई मुल्क दूसरा जिहड़ा गिरफ्तार नहीं कर सकदा हुंदा, उहनां दे कोल एक ढाल हुंदी है डिप्लोमैटिक, हद मैक्सीमम उह इह कर सकदा हुंदा कि फिर उहनूं अपनी धरती तों जाण दे लई कह दिंदा है। उही इस केस दे विच है, जे इंडिया यह कहिंदा भी नहीं ये कैनेडा दे फालस एलीगेशनस ने तो फिर इंडिया नूं चाहीदा है कि फराक दे लई विखाले, खुल दे लई विखाले, जिहड़ा डिप्लोमैट इहनां दा कनेडा ने वापस भेजा आ उहनूं इह गल कवे कि जाके कनेडियन इन्वेस्टिगेशन दे विच सहयोग दे, जे उहनां दी इन्वेस्टिगेशन दे विच क्लीयर हो के बाहर आ जाणगे तो फिर असीं भी इस गल नूं मान लांगे कि शायद इहनां दा हत्थ नहीं सी। सो इंडिया नूं फिर चाहीदा है कि जे उह इह कह रहा है कि फालस एलीगेशनस ने तो उहनां नूं प्रूव करन दी इन्वेस्टिगेशन दे विच उहनां दा सहयोग भी देवे, और कला कनेडा तक नहीं, जिवें मैं पहला भी कहा पाकिस्तान नूं और UK नूं भी ये जिहड़ी पहलकदमी है इहनूं अगे वधाउणा चाहीदा है। जिहड़ा इंडिया ने रुख अख्तियार कीता है कि जिहड़ा भी इहदे खिलाफ बोले, जिन्हों ये एक ढाल वरत लैंदा है कि इस देश की एकता ते अखंडता के खिलाफ जिहड़ा भी बोले, ये सारिआं नूं इह लगदा भी असीं दरड़ के रख दांगे, चाहे कश्मीर सी चाहे पंजाब सी, चाहे जिन्हां दे नाल इहनां ने नरेंद्र मोदी की सरकार ने आके साइन किया नागालैंड वाले उहनां दा भी एग्रीमेंट नहीं मानदे पए। सो उस तहत ही यह चाहते हैं भी जिदा असी चलते हैं कि असी किसी की आवाज़ नहीं उठन देनी, इतों तक कि मीडिया की आवाज़ भी उठन नहीं देंगे। कश्मीर के दे जे कोई मीडिया उत्थे दे सैपरेटिस्ट आगू का बयान ला दिंदा है जां जे उन्हां दी गल करदा है, चाहे वह ईमानदारी दे नाल सच्ची गल ही करे, वो असी वेख रहे हैं पिछले लंबे समय तो बहुत सारे जिहड़े मीडिया परसनस ने वो भी जेलों के कैद किए हुए इंडिया ने। सो कश्मीर तो लैके तमिलनाडु तक, चाहे पंजाब तो लैके नागालैंड तक, मणिपुर च जो है दिल्ली के सेंट्रल इंडिया के हर थां दे उत्ते जिहड़े वक्खवादी सोच रखण वाले लोग ने, जिहड़े इंडिया तो वक्री सुर रखते हैं डायसेंटिंग वॉइसिस ने, उहनां नूं इंडिया क्रश करता पिया आ, उहनां नूं दबलदा पिया आ और उहनां दी आवाज़ नूं दबा रहा। सो यह चाहुंदा है कि सारे दुनिया के इहो रूल चले, उहदे तहत ही ये भाई हरदीप सिंह निज्जर वर्गियां आवाज़ां जिहड़ियां विदेशां दी धरती ते उठदियां ने पंथ दे पंजाब दे हक दे विच, उहनां सारिआं नूं दबण दे लई उहनां मुल्कां नूं कह रहा कि तुसीं इहनां नूं भी स्पेस देणी बंद कर दिओ। पर इंडिया इत्थे ये भुल जाता है कि वह मुल्क अपने आप में सिर्फ लिखते नहीं गए डेमोक्रेटिक, वो असल डेमोक्रेटिक मुल्क है और उन्होंने अपने संविधान के लोगों अधिकार दते हुए हैं कि उस राइट टू सैल्फ डिटरमीनेशन के बारे मांग कर सकते हैं। सो इतें भी इंडिया वो जो अधिकार ने देने चाहिए और जी प्रॉब्लम जितों एक कतल निकले ने वो प्रॉब्लम हैगी कि पंजाब का इंडिया के नाल एक कन्फलिक्ट आ, राजनीतिक कन्फलिक्ट आ और कन्फलिक्ट जो सॉल्व होना चाहिए। जो कोई सवाल है तो वो कर लो क्या कि वो, क्योंकि ये हुण गल प्रोटेस्ट तो उपर जा चुकी है, जदों तक लोगों के प्रोटेस्ट करन दी गल ही, असीं प्रोटेस्ट भी किए ने अमृतसर साहब की धरती के उत्ते सीधे सीधे रॉ के खिलाफ किए ने, इंडियन इंटैलीजेंस एजेंसी के खिलाफ किए ने, हुण ये गल प्रोटेस्ट तो अगे जा के एक कानून के दायरे के एक डिप्लोमैटिक लैवल के उत्ते पहुँच चुकी आ। सो उत्थे एक डिप्लोमैटिक अपना जिहड़ी पहुँच अपनाउंदे असीं दोवें मुल्कों ये अपील करते हैं कि यदा एक सन्मानजनक हल क्ढन
और हल सिर्फ यही है कि वह इंडियन सरकार क्योंकि इस टाइम शक के दायरे च ये जिवें पहला आंदा है ना भी इंडिया दे कोई घटना वापरती है तुम वेखो तो इन्हों की एको गल हुंदी ही पाकिस्तान ते ISI पाकिस्तान ते ISI इन्हां दी सीधी उंगल उधर जांदी ही। ये हुण पहली बार होया कि किसी जिम्मेवार मुल्क ने शक की उंगल इंडिया वल की। तो जे ये हर बार ये कहिंदा है भी पाकिस्तान जवाब दे पाकिस्तान कोऑपरेट करे ये दुनिया दियां अलग अलग स्टेजा पर जाके कहिंदा है भी पाकिस्तान सहयोग नहीं करता तो हुण अज ये दस्सिया कि ये सहयोग क्यों नहीं कर रहा। मैं कहना जिहड़े जिथे जिथे साडे कतल होए ने असीं उन्हां सारयां नूं लिखांगे असीं लिखिया भी आ और असीं अगे भी लिखांगे और इहदा फिर हल अखीरी सिर्फ इन्हां कतलां तक नहीं गा रुकना। हल इहदा UN नूं चाहीदा कि इंटरवीन करे और इंडिया दे विच जिन्नियां भी वक्खवादी सुरां ने उन्हां दा सन्मानजनक हल लब्भे क्योंकि राजनीतिक कन्फलिक्ट ने राजनीतिक हल ही निकलने चाहिए ने। तो राजनीतिक हल का मतलब है फिर राइट टू सैल्फ डिटरमीनेशन जिन्होंने रेफरेंडम कह देंदे वह अधिकार इंडिया देवे ताकि इतने खून खराबा जिहड़ा बंद होवे खून चाहे इंडिया वालों का डुले तो चाहे साडे वाले पासे डुले सानू दोवां दे दुख आ पर जे इंडिया नूं भी इन्हां चीज़ों का दुख आउंदा आ जिहड़ा कहिंदा है कि साडे बंदे मर जांदे ने तो फिर उन्हें चाहिए कि जिन्ना कारणा कारण वह बंदे मरते हैं उन्हां कारणा नूं हल करे ना कि सिर्फ उन्हां दियां मौतों के उत्ते बाद अपनी राजनीति करे। देखो मैं ये गल पहला भी कह चुका भी जेडे कतल होए ने यह कोई आम बंदे दे नहीं होए जां किसी आम नौजवानों के कतल नहीं होए यह वो कतल होए ने जेडे लोग खालिस्तान की विचारधारा अगे लैके जा रहे और उस उत्ते काम कर रहे थे। भाई परमजीत सिंह पंजवाड़ ने पंजाब की धरती के उत्ते रह के खिलाफ संघर्ष लड़िया सानू सारयां नू पता है। भाई हरदीप सिंह निजर का संघर्ष किहदे खिलाफ है सानू सारयां नू पता है। सो जदों यह पता होगा तुसीं किहदे खिलाफ लड़े हो तो जाहिर जी गल है तुसीं यह भी समझ जाते हो उन्होंने टारगेट किने कीता होगा। सो उहदे राही ही यह सारी की सारी जिहड़ी शक की सूई सी वो इंडिया दियां खुफिया एजेंसियां वल जांदी सी जिन्हों अज कनेडा ने साडी उस शक नू यकीन दे विच बदल के उत्ते मोहर लाई। श्रोमणी गुरुद्वारा प्रबंधक कमेटी उन्होंने वालों लोगों चुनिया हुई वोटा चुनिया हुई जमात ने मामले की चुप्पी देखो ये हम उन्होंने चाहिए कि बोलन ये बारे मैं ना तो उन्होंने प्रैशराइज कर सकता है ये अपने अंदर की जमीर आ अपने अंदर की आवाज़ आ जे उन्होंने लगता आ मैं उही कह रहा कलियां साड़ियां नहीं सारे वोटों नाल जुड़े जिते असी ये गल कहने उत्थे लोगों नूं भी प्रैशर चाहिए कि उन्होंने लोगों को कहन के उहदे उत्ते बोलन।